अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। सो इता वाहेगुरु दा भगवान दा कोई ऐसा करिश्मा हो गया भी वो बंदा बच गया। ए मामला जुलाई 2017 दा मामला है जी। सो मेरे कोल वीडियो आई ते मैनू पता लग्या भी इत्थे कोई एक सरदार जी है जिहड़े साडे उहदे बारे उहनू इन्ना ज्यादा एडे एडे पत्थरां दे नाल उहदा सिर फाड़िया जा रहा सी, मारिया जा रहा सी और उहदे केशां दी एड्डी बेअदबी कीती जा रही सी कि कोई भी जिहड़ा बंदे जिहदी इनसानियत दे विच जे किसे अंदर थोड़ी जिही वी इनसानियत है उह बंदा नाल दी नाल रो पए हालात देख के कि बंदे नूं कर की रहे ने। मैनू बहुत लोगों ने कहा, मैनू मेरे ही समाज के कुछ लोगों ने तां इत्थे तक भी कहा कि सरीन तू पग वालियां दे लई लड़दा है, तू पग बन लै। मैनू इत्थे तक कहा ते मैं उहनां नूं इक्को गल कही भी पग तां साडे सिर दा ताज है, साडे घर दे सारे जवाई सिख है ते असीं वी पग बन लांगे तां फिर कोई फर्क नहीं पैण लग्या। क्योंकि पंजाब दे विच कोई ऐसा हिंदू सिख दा ऐसा माहौल नहीं है जिन्हों लैके कोई सानू एक दूजे नाल कोई दुश्मनी होवे। कुछ लोग ने जिहड़े पंजाब दा माहौल खराब कर रहे ने सिर्फ अपनी राजनीति चमकाने दे लई। सोसाइटी दे विच कुछ लोग ऐसे हुंदे ऐ जिहड़े इदां दे मामलियां नूं हिंदू सिख दी रंगत देना जी बिल्कुल, या कोई ऐसा विवादित रंग दे देना जिहदे नाल साडा जिहड़ा पंजाब है या जिहड़ा साडा देश है ਉਹਦੀ ਸ਼ਾਂਤੀ ਨੂੰ ਖਰਾਬ ਕਰਨਾ ਜੀ ਕੁਛ ਲੋਕਾਂ ਦਾ ਮਕਸਦ ਹੁੰਦਾ ਹੈ। ਔਰ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਇਹੋ ਜਿਹੇ ਲੋਕਾਂ ਦੀ ਬਹੁਤ ਭਰਮਾਰ ਹੈ ਜੀ, ਭਰਮਾਰ ਹੈ, ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਕੋਈ ਦੇਸ਼ ਦੇ ਵਿੱਚ ਦੰਗੇ ਹੋ ਸਕਦੇ ਨੇ, ਕੋਈ ਆਪਣੀ ਸਟੇਟ ਦੇ ਵਿੱਚ ਕੋਈ ਕਤਲੋਗਾਰਤ ਹੋ ਸਕਦੀ ਹੈ। ਉੱਥੇ ਉਹਨਾਂ ਨੇ ਇਹਨਾਂ ਨੂੰ ਸਰਦਾਰ ਜੀ ਨੂੰ ਹਰਜੀਤ ਨੂੰ ਬੱਸ 'ਚੋਂ ਉਤਾਰ ਕੇ ਇਹਦੇ ਪੱਥਰ ਮਾਰ ਮਾਰ ਕੇ ਇਹਦਾ ਸਿਰ ਫਾੜਿਆ, 9 ਟਾਂਕੇ ਇੱਧਰ, 4 ਟਾਂਕੇ ਇੱਧਰ। ਮਤਲਬ ਜਦੋਂ ਉਹ ਵੀਡੀਓ ਦੇਖੀ ਮੈਨੂੰ ਤਾਂ ਐਂ ਸੀ ਵੀ ਪਤਾ ਨਹੀਂ ਇਹ ਬਚ ਵੀ ਗਿਆ ਹੋਏਗਾ ਕਿ ਨਹੀਂ। ਓਕੇ, ਜਿਸ ਢੰਗ ਦੇ ਨਾਲ ਉਹਨੂੰ ਮਾਰਿਆ ਗਿਆ ਸੀ, ਫਿਰ ਉਹਦੇ ਕੇਸ਼ਾਂ ਦੀ ਐਡੀ ਬੇਅਦਬੀ ਕੀਤੀ, ਵਾਲ ਫੜ ਕੇ ਉਹਨੂੰ ਘਸੀਟਿਆ ਗਿਆ ਤੇ ਮੈਨੂੰ ਇਹ ਲੱਗਿਆ, ਮੈਂ ਕਿਹਾ ਲੈ ਵੀ ਇਹ ਬੰਦੇ ਕੋਈ ਨਾ ਕੋਈ ਉਰੇ ਦੇਸ਼ ਦੇ ਵਿੱਚ ਨੁਕਸਾਨ ਕਰਨਗੇ, ਪੰਜਾਬ ਦਾ ਮਾਹੌਲ ਖਰਾਬ ਕਰਨਗੇ। ਕਿਉਂਕਿ ਜਦੋਂ ਸਿੱਖ ਨਾਲ ਐਸਾ ਹੋ ਰਿਹਾ ਫਿਰ ਕਿਤੇ ਨਾ ਕਿਤੇ ਦੂਸਰੇ ਪਾਸੇ ਵੀ ਭਾਵਨਾਵਾਂ ਜਿਹੜੀਆਂ ਭੜਕਣਗੀਆਂ, ਭੜਕਣੀਆਂ ਬਿਲਕੁਲ ਲਾਜ਼ਮੀ ਹੈ, ਹੁੰਦਾ ਹੈ। ਕੋਈ ਵੀ ਹੈ ਇਨਸਾਨ ਉਹਨੂੰ ਲੱਗਦਾ ਯਾਰ ਸਾਡੇ ਰਿਲੀਜ਼ਨ ਦੇ ਬੰਦੇ ਦੇ ਨਾਲ ਐਡਾ ਧੱਕਾ ਹੋ ਰਿਹਾ ਜੀ। ਔਰ ਲੋਕਾਂ ਨੇ ਕੁਛ ਨੇ ਕੰਮ ਸ਼ੁਰੂ ਕਰ ਵੀ ਦਿੱਤਾ ਸੀ, ਪਤਾ ਲੱਗਿਆ ਵੀ ਉਹ ਬੰਦਾ ਪ੍ਰੋਫੈਸ਼ਨਲੀ ਬੰਦਾ ਜਿਹੜਾ ਹੈ ਇਹ ਕੰਮ ਕਰਦਾ ਹੈ, ਮਾਰਕਟਾਈ ਦਾ ਇੱਕ ਬਦਮਾਸ਼ ਟਾਈਪ ਬੰਦਾ ਉਹ। ਸੋ ਅਸੀਂ ਫਿਰ ਉਹ ਬੰਦੇ ਨੂੰ ਫੜਿਆ, ਪਹਿਲਾਂ ਤਾਂ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਹੈ, ਉਹਨਾਂ ਨੇ ਧਾਰਾ 506-323 ਦੇ ਤਹਿਤ ਪਰਚਾ ਦਰਜ ਕੀਤਾ ਸੀ ਅਣਪਛਾਤੇ ਬੰਦਿਆਂ ਤੇ ਜੀ। ਫਿਰ ਜਦੋਂ ਅਸੀਂ ਇਹ ਬੰਦਾ ਪਕੜ ਲਿਆ ਜਿਹੜਾ ਬੰਦਾ ਜਿਹਨੇ ਹਰਜੀਤ ਦੇ ਨਾਲ ਮਾਰਕਟਾਈ ਕੀਤੀ ਸੀ, ਕੇਸ਼ਾਂ ਦੀ ਬੇਅਦਬੀ ਕੀਤੀ ਸੀ, ਫਿਰ ਅਸੀਂ ਉਹਦੇ ਉੱਤੇ 295A ਤੇ 307 ਵਰਗੀਆਂ ਜਿਹੜੀਆਂ ਧਾਰਾਵਾਂ ਸੀ ਉਹ ਲਵਾਈਆਂ, ਇਰਾਦਾ ਕਤਲ ਤੇ ਹਾਂ ਇਰਾਦਾ ਕਤਲ ਦੀਆਂ, ਇਰਾਦਾ ਕਤਲ ਨਜ਼ਰ ਆ ਹੀ ਰਿਹਾ ਕਿਉਂਕਿ ਐਡੇ ਐਡੇ ਪੱਥਰ ਮਾਰ ਕੇ ਉਹਨੂੰ ਮਾਰਨ ਦੀ ਜਿਹੜੀ ਸੋਚ ਹੈ ਉਹਦੇ ਨਾਲ ਹੀ ਉਹਨੂੰ ਮਾਰਿਆ ਗਿਆ ਸੀ। ਸੋ ਇਹ ਤਾਂ ਵਾਹਿਗੁਰੂ ਦਾ ਭਗਵਾਨ ਦਾ ਕੋਈ ਐਸਾ ਕਰਿਸ਼ਮਾ ਹੋ ਗਿਆ ਵੀ ਉਹ ਬੰਦਾ ਬਚ ਗਿਆ ਜੀ, ਨਹੀਂ ਤਾਂ ਕੋਈ ਉਹਦੇ ਬਚਣ ਦੇ ਚਾਂਸਿਸ ਨਹੀਂ ਸੀ ਜਿਸ ਢੰਗ ਨਾਲ ਉਹਨੂੰ ਮਾਰਿਆ ਜਾ ਰਿਹਾ ਸੀ, ਚਾਹੇ ਉਹ ਸਾਡੇ ਵਾਲੇ ਪਾਸੇ ਨੇ ਚਾਹੇ ਉਹ ਸਿੱਖ ਸਮਾਜ ਵਾਲੇ ਪਾਸੇ ਨੇ ਜੀ। ਸੋ ਐਸਾ ਕੁਛ ਵੀ ਉਰੇ ਪੰਜਾਬ ਚ ਨਹੀਂ ਹੈ ਜਿਹਨੂੰ ਕੁਝ ਲੋਕ ਐਸੇ ਨੇ ਕਹਿਣ ਤੋਂ ਭਾਵ ਕਿ ਜਿਹੜੇ ਦੋਵਾਂ ਪਾਸੇ ਨੇ ਨਾ ਟਿਕ ਕੇ ਬਹਿ ਸਕਦੇ ਨਾ ਟਿਕਣ ਦੇ ਦੇ ਲੋਕ ਨੇ, ਮੁੱਠੀ ਭਰ ਲੋਕ ਨੇ ਜੀ, ਜਿਨ੍ਹਾਂ ਦਾ ਸਿਰਫ ਇਹੀ ਕੰਮ ਹੈ ਕਿ ਪੰਜਾਬ ਦਾ ਮਾਹੌਲ ਕਿਸੇ ਨਾ ਕਿਸੇ ਤਰੀਕੇ ਖਰਾਬ ਕੀਤਾ ਜਾਵੇ।